पंजाबीस्तान दी जानिब तों जो रचना तुहाडे नाल सांझी कीती जा रही है, यह रचना डॉक्टर हरपाल सिंह पन्नू जी की किताब गौतम तों तासकी तक विचले लेख गौतम बुद्ध विचों ली गई है। हौली हौली सिद्धार्थ धरती तो विदा होण लगा। उसने धर्म दियां सब समाधियां पार कीतियां, फिर सदा लई अखां मुंद लईयां। आनंद ने कहा, हे श्रमणो, हे भिखुओ, हे उपाशको, साढ़े पासों साडा मित्र चला गया है। भिखु विरलाप करन लगे। वडेरियां ने दिलासे दिते। पावा ते कुशीनगर दा राजा मल्लस फुलां दे हार, सुंदर वस्त्र अते सुगंधियां लैके महायोगी नूं श्रद्धांजलि देण लई सब तों पहलां आया। मल्लस ने कहा, तथागत ने आखरी वार सानू याद कीता, ਇਹ ਕਰਜ਼ਾ ਕਿਵੇਂ ਉਤਾਰਾਂਗੇ ਅਸੀਂ। ਫਿਰ ਉਹ ਬੋਲਿਆ, ਸਾਨੂੰ ਕਿੰਨੇ ਧੰਨਵਾਨ ਕਰ ਗਿਆ ਹੈ ਉਹ। ਸਾਡੇ ਵਰਗਾ ਕੌਣ ਹੈ ਅਮੀਰ ਅੱਜ ਦੁਨੀਆਂ ਵਿੱਚ, ਜਿਨ੍ਹਾਂ ਨੂੰ ਉਸ ਨੇ ਆਖਰੀ ਵਕਤ ਯਾਦ ਕੀਤਾ। ਜਿਵੇਂ ਜਿਵੇਂ ਖਬਰਾਂ ਪੁੱਜਦੀਆਂ ਗਈਆਂ, ਲੋਕ ਦਰਸ਼ਨਾਂ ਲਈ ਕਤਾਰਾਂ ਬੰਨ ਬੰਨ ਆਉਂਦੇ ਗਏ। ਉਸ ਦੀ ਮ੍ਰਿਤਕ ਦੇਹ 7 ਦਿਨ ਦਰਸ਼ਨਾਂ ਵਾਸਤੇ ਸੰਭਾਲੀ ਗਈ। ਅਮਰਪਾਲੀ ਆਪਣੇ ਸੰਗੀਤ ਮੰਡਲ ਸਮੇਤ ਆਈ, ਮੱਥਾ ਟੇਕਿਆ ਅਤੇ ਨਜ਼ਦੀਕ ਬੈਠ ਕੇ ਭਜਨ ਗਾਉਣ ਲੱਗ ਪਈ। ਉਸ ਦਾ ਜੱਥਾ ਸਾਰਾ ਹਫ਼ਤਾ ਉੱਥੇ ਰਿਹਾ। ਅਮਰਪਾਲੀ ਲਗਾਤਾਰ ਗਾਉਂਦੀ ਰਹੀ। ਜਦੋਂ ਅਰਥੀ ਸ਼ਮਸ਼ਾਨ ਘਾਟ ਵੱਲ ਲੈ ਕੇ ਤੁਰੇ ਤਾਂ ਅਮਰਪਾਲੀ ਕਾਫਲੇ ਦੇ ਅੱਗੇ ਹੋ ਗਈ। ਉਸ ਦਾ ਜੱਥਾ ਉਸ ਦੇ ਨਾਲ ਸੀ। ਉਹ ਸ਼ਮਸ਼ਾਨ ਘਾਟ ਤੱਕ ਨੱਚਦੀ ਗਈ, ਉਸ ਦਾ ਜੱਥਾ ਗਾਉਂਦਾ ਗਿਆ। ਅਸਥੀਆਂ ਲੈਣ ਮਗਧ ਦਾ ਰਾਜਾ ਆਜ਼ਾਦ ਸ਼ਤਰੂ ਆਇਆ। ਵੈਸ਼ਾਲੀ ਗਣਤੰਤਰ ਦੇ 6 ਰਾਜੇ ਆਏ ਅਤੇ ਅਸਥੀਆਂ ਲੈਣ ਲਈ ਪ੍ਰਾਰਥਨਾ ਕੀਤੀ। ਕਪਿਲ ਵਸਤੂ ਦੇ ਸਾਕਿਆ ਆਏ, ਅਲਕਲਪ ਦਾ ਬਯੂਲੀ, ਰਾਮਗਾਮ ਦਾ ਰਾਜਾ ਕੋਲੀਅਸ, ਪਾਵਾ ਦਾ ਰਾਜਾ ਮੱਲਸ ਅਤੇ ਪਿਪਲੀ ਵਣ ਦਾ ਰਾਜਾ ਮੋਰਿਆ ਆਇਆ। ਫੁੱਲ ਚੁਗਣ ਵੇਲੇ ਉਪਾਲੀ ਨੇ ਇਹ ਸ਼ਰਧਾਂਜਲੀ ਭੇਟ ਕੀਤੀ, ਹੇ ਭਿਖੂਓ, ਸ਼੍ਰਮਣੋ, ਸਾਧੂਓ ਅਤੇ ਗ੍ਰਹਿਸਥੀਓ, ਸਾਡਾ ਪਿਆਰਾ ਸਾਡੇ ਤੋਂ ਵਿਛੜਿਆ ਨਹੀਂ ਹੈ। ਲੱਖਾਂ ਅੱਖਾਂ ਵਿੱਚ ਉਹ ਰੌਸ਼ਨੀ ਬਣ ਕੇ ਟਿਕ ਗਿਆ ਹੈ। ਅੱਖਾਂ ਵਾਲੇ ਉਸ ਨੂੰ ਦੇਖ ਲਿਆ ਕਰਨਗੇ। ਬਹੁਤ ਸਾਰੇ ਰਾਜੇ ਮਹਾਰਾਜੇ ਆਏ ਹਨ ਜੋ ਅਸਥੀਆਂ ਲੈਣ ਲਈ ਪ੍ਰਾਰਥਨਾ ਕਰ ਰਹੇ ਹਨ। ਅਸੀਂ ਉਹਨਾਂ ਨੂੰ ਅਸਥੀਆਂ ਦਿਆਂਗੇ। ਉਹ ਕਹਿ ਰਹੇ ਹਨ ਕਿ ਰਾਜਧਾਨੀਆਂ ਵਿੱਚ ਅਸਥੀਆਂ ਦਾ ਸਨਮਾਨ ਕਰਕੇ ਉਹ ਬੋਧ ਸਤੂਪ ਮੱਠ ਉਸਾਰਨਗੇ, ਪਰ ਸਾਡੇ ਪਿਆਰੇ ਸਿਧਾਰਥ ਨੂੰ ਜੇ ਇੱਟਾਂ ਅਤੇ ਚੂਨਾ ਪਸੰਦ ਹੁੰਦੇ ਤਾਂ ਉਹ ਕਪਿਲ ਵਸਤੂ ਦੇ ਮਹਿਲ ਨਾ ਤਿਆਗਦਾ। ਸਾਡੇ ਦਿਲ ਉਸ ਦੇ ਨਿਵਾਸ ਸਥਾਨ ਬਣਨਗੇ। ਸਾਡੇ ਲਈ ਇੱਕ ਮੁਸ਼ਕਲ ਪੈਦਾ ਕਰ ਗਿਆ ਹੈ ਸਾਕਿਆ ਮੁਨੀ। ਪਹਿਲੋਂ ਆਪਣੇ ਦਿਲਾਂ ਵਿੱਚ ਅਸੀਂ ਆਪ ਵੱਸਦੇ ਸਾਂ, ਇਸ ਲਈ ਜਿਹੋ ਜਿਹੇ ਵੀ ਇਹ ਘਰ ਸਨ ਠੀਕ ਸਨ, ਪਰ ਹੁਣ ਇਹਨਾਂ ਥਾਵਾਂ 'ਤੇ ਤਥਾਗਤ ਦਾ ਨਿਵਾਸ ਹੋਵੇਗਾ। ਇਸ ਲਈ ਦਿਲਾਂ ਦੇ ਇਹ ਮਹਿਲ ਸਾਫ਼ ਰੱਖਣੇ ਪੈਣਗੇ। ਮਿਹਨਤ ਕਰਨੀ ਪਵੇਗੀ, ਲਗਾਤਾਰ ਸਾਵਧਾਨ ਰਹਿਣਾ ਪਵੇਗਾ। ਹੇ ਭਿਖੂਓ, ਹੇ ਗ੍ਰਹਿਸਥੀਓ, ਹੁਣ ਤੁਸੀਂ ਆਪਣੇ ਆਪਣੇ ਟਿਕਾਣਿਆਂ ਨੂੰ ਪਰਤ ਜਾਓ। ਧਰਤੀ ਉੱਪਰ ਮੰਦਾਰ ਦੇ ਫੁੱਲਾਂ ਦੀ ਭਾਰੀ ਬਾਰਿਸ਼ ਹੋਈ ਹੈ। ਗੋਡੇ ਗੋਡੇ ਬਿਖਰੇ ਪੁਸ਼ਪਾਂ ਦੀ ਮੋਟੀ ਤਹਿ ਵਿੱਚੋਂ ਲੰਘ ਕੇ ਜਾਣਾ ਪਵੇਗਾ। ਗ੍ਰਹਿਸਥੀ ਘਰੀ ਜਾਣ 'ਤੇ ਭਿਖੂ ਜੰਗਲਾਂ ਦਾ ਰਾਹ ਫੜਨ। ਤੁਸੀਂ ਸਭ ਜਦੋਂ ਆਪਣੇ ਆਪਣੇ ਟਿਕਾਣਿਆਂ 'ਤੇ ਪੁੱਜੋਗੇ ਤਾਂ ਰੰਗਾਂ ਅਤੇ ਸੁਗੰਧੀਆਂ ਨਾਲ ਨੁੱਚੜਦੇ ਹੋਏ ਪੁੱਜੋਗੇ। ਤਥਾਗਤ ਸਹਾਈ ਹੋਣ। ਉਪਾਲੀ ਤੋਂ ਪਿੱਛੋਂ ਬੁੱਧ ਦੇ ਸਿੱਖ ਅਤੇ ਉਹਨਾਂ ਦੇ ਮਿੱਤਰ ਅਨੁਰੁੱਧ ਨੇ ਸਤਿਕਾਰ ਵਜੋਂ ਇਹ ਸ਼ਬਦ ਕਹੇ, ਸਾਰੀ ਹੋਂਦ ਦਾ ਉਦੇ, ਅੰਤ ਅਤੇ ਉਦੇਸ਼ ਸੱਚ ਹੈ। ਆਪਣੇ ਵਸੇਬੇ ਵਾਸਤੇ ਉਹ ਅਨੇਕ ਸੰਸਾਰ ਸਿਰਜਦਾ ਹੈ। ਸੱਚ ਕਦੀ ਸ਼ਿੰਗਾਰ ਨਹੀਂ ਕਰਦਾ, ਉਹ ਇੱਕ ਹੈ ਅਤੇ ਅਖੰਡ ਹੈ। ਮੌਤ ਦੀ ਸ਼ਕਤੀ ਤੋਂ ਸੁਤੰਤਰ, ਸਰਵ ਵਿਆਪਕ ਅਤੇ ਅਨੰਤ ਸ਼ਾਨਾਂ ਨਾਲ ਲੱਦਿਆ ਹੋਇਆ ਹੈ ਉਹ। ਵਿਸ਼ਵ ਵਿੱਚ ਬਹੁਤ ਸਾਰੇ ਰੰਗ ਬਿਰੰਗੇ ਸੱਚ ਨਹੀਂ ਹਨ। ਹਰ ਕਾਲ ਵਿੱਚ ਹਰ ਸਥਾਨ ਉੱਤੇ ਉਹ ਇਕੱਲਾ ਰਿਹਾ ਅਤੇ ਅਕਾਲੀ ਰਿਹਾ। ਉਸ ਦਾ ਕੋਈ ਟਿਕਾਣਾ ਨਹੀਂ ਸੀ। ਵਿਸ਼ਵ ਰਚਨਾ ਦੇ ਮੁੱਢਲੇ ਦੌਰ ਵਿੱਚ ਸੂਰਜ, ਧਰਤੀ ਅਤੇ ਚੰਨ ਦਾ ਮੁਖੜਾ ਦਿਸਿਆ। ਵਾਯੂਮੰਡਲ ਦੀ ਧੂੜ ਵਿੱਚ ਲਿਬੜ ਕੇ ਸੱਚ ਨੇ ਬੇਅੰਤ ਰੌਸ਼ਨੀ ਪ੍ਰਗਟ ਕੀਤੀ, ਪਰ ਅਜੇ ਉਸ ਨੂੰ ਦੇਖਣ ਵਾਲੀ ਕੋਈ ਅੱਖ ਨਹੀਂ ਸੀ, ਸੁਣਨ ਵਾਲਾ ਕੋਈ ਕੰਨ ਨਹੀਂ ਸੀ, ਉਸ ਦੇ ਮਾਇਨੇ ਸਮਝਣ ਵਾਲਾ ਕੋਈ ਮਨ ਨਹੀਂ ਸੀ।
होंद दे इस अमित पसार विच सच नूं कोई थां अजिही ना मिली जिथे ओह पूरे जलो नाल निवास कर सकता। युग बीते ते विकास दे अनेक दौरां विचों चेतना प्रगट होई। जीवन ने नवां संसार सिरजिया जिस विच बलवान जज्बे सन, बेअंत वासना सी अते एक अजित शक्ति लहराउण लगी। विश्व जुटां विच वंडिया गया, सुख नाल दुख, आत्मा नाल अनात्म, दोस्ती नाल दुश्मनी, प्यार नाल नफरत, सारे बराबर वधे ते फैले। भावनावां दे इस दौर विच सच थरथराया अते बेअंत शक्तिशाली हुंदे सुंदे उस नूं विश्व विच कोई थां अजिही ना मिली जिथे ओह दो कड़ी चैन नाल टिक सकदा। जीवन संग्राम विचों फिर दर्शन ने जन्म लिया। दर्शन ने आत्म नूं राह दिखाउणा शुरू कीता। सारी रचना दे विचकार बैठ के दर्शन ने अपने सिर उपर हकूमत दा ताज रख लिया। जानवरां उत्ते अते सारे तत्तां उत्ते दर्शन ने विजय हासिल कीती, पर नाल नाल दर्शन ने नफरत, हवस अते हंकार दी अग्नि विच होर बालण सुट के पांबड़ बाले। सच ने दर्शन दे किले दी बड़ी वार मुरम्मत कीती, पर इस किले विच भी कोई थां अजिही ना मिली जिथे ओह स्थाई टिकाणा बना सकता। सच ने दर्शन विच टिकाणा चाहिया तां देखिया कि दर्शन दो तारा खंडा है, जिहड़ा पहलों सिरजदा है ते फिर वढ़दा है। सच ने कहा, दर्शन मेरा दस्तरखान है, थोड़ी देर इस ते आराम करांगा फिर चला जावांगा, क्योंकि ये मेरा घर नहीं है। भावें दर्शन राही सच दी कुछ था पैंदी है, पर निरोल ते निरोल दर्शन खाली मंजी है जिस उत्ते जदों सच बैठ जावे तां अमर लौकिक सरकार जलवा नुमा हुंदी है। दर्शन ने बड़ी वार यतन कीते कि आत्म नूं बलवान करके सब जीवां विचों नफरत, वासना ते पाप नष्ट कर सके, पर इन्हां यतना विच दर्शन थक के टुट गया ते मनुख उस दे मलबे हेठ दब गए। तद सच बुद्ध बन के विश्व विच प्रकाशवान होया जिथे उस नूं पूर्ण आराम मिलिया। उसने फैसला कीता कि यही उस दा टिकाणा बने। हे बुद्ध, सच दा किते होर टिकाणा हुंदा ए उत्थे जांदा, पर ए तेरे पास आया है। कदी इसने होंद दे जज्बियां विच रुकना चाहिया सी, पर ए थां इस नूं जची नहीं सी। ए इत्थों चला गया सी, पर इस दियां पैड़ां दे निशान इत्थे बचे पए हन। सच ने बुद्ध राही मनुखां अते देवतियां नूं कहा, वस्तां नूं उन्हां दे असली रूप विच देखो। उस ने दर्शन नूं कहा, तूं प्यार बन जा, जदों मेरे सामने आवें तां करुणा बन के आई। दर्शन तुरंत दया हो गया, सच खुश होया। युगां बाद उस नूं एक खाना बदोश नूं रहण लई चंगा घर मिलिया, जिस दा नाम उस ने बुद्ध रख्या। बुद्ध, हे कृपालू बुद्ध ते पवित्र बुद्ध, हे संपूर्ण बुद्ध, तेरे राही प्रगट कीता सच धरती ते फैलिया अते राज करन लगा। पुलाड अनंत है बेशक, पर हे बुद्ध, सच तेरी शरण विच आया है, इस दा होर कोई टिकाणा नहीं, इस खाना बदोश उत्ते रहम करी। ए तथागत दे बचन हन, ए हुसनल चराग अते साहिब दिमाग दी बाणी है, साडे नाम लिखी हुई ए बुद्ध दी वसीयत है। हे बुद्ध, सानू अपने सिखां वजों परवान कर। हे बुद्ध, घरों दूर गए भटके हुए मुसाफरां नूं वापस लिया। बुद्ध दे देहांत उपरंत अमरपाली किसे राज महल विच नचण गाउण नहीं गई। ओह बोध गाथावां गाउंदी, बोध उस्तत गाउंदी। बदनाम हवेली उत्तम बुद्ध आश्रम बन गया। भिखू, गृहस्थी, मर्द औरतां सब उस नूं सुनण आउंदे। ओह अक्सर कहा करदी, राजकुमार, धनी सेठ, राजे महाराजे, मैनू सद दे, बड़ा धन दिंदे, सत्कार दिंदे, पर चंगे ना लगदे। कहो जिहा सी ए साडा भिख मंगा कि असी सारा कुछ उस दे चरणा विच अर्पण करन लग्यां बार बार सोच दे कि ओह प्रवान करेगा कि नहीं। महल त्याग के उस ने ठूठा हथ विच फड़िया, पर मंगता कदों बन सकिया ओ। साडे दिल उस दियां राजधानियां बने। एक कपिल वस्तु छड के उस ने लखां दिलां विच अपने महल उसारे ते राज करन लगा।
चलाक निकलिया गौतम नाम दा मंगता, बुद्धम शरणम गच्छामि।